ਹੁਣ ਜਗਦੀਪ ਜਦੋਂ ਘਰੇ ਆਪਦੇ ਆ ਗਿਆ ਹੁੰਦਾ 5 ਸਾਲ ਜੇਲ੍ਹ ਕੱਟ ਕੇ ਤਾਂ ਜਗਦੀਪ ਇਹ ਗੱਲ ਵੀ ਕਹਿੰਦਾ ਹੁੰਦਾ ਵੀ ਹੁਣ ਆਪਾਂ ਸਰਪੰਚ ਹੀ ਲੈਣੀ ਆ ਤਾਂ ਜਿਹੜਾ ਵਿਰੋਧੀ ਧੜੇ ਆ ਆਪਣੇ ਪਿੰਡਾਂ ਦੇ ਵਿੱਚ ਜਿਹੜੀਆਂ ਪੋਲੀਟਿਕਸ ਸਿਆਸਤਾਂ ਚੱਲਦੀਆਂ ਨੇਗੀਆਂ ਜਿਹੜੇ ਜਗਦੀਪ ਦੇ ਲਾਗਡਾਟ ਵਾਲੇ ਵੀ ਹੁੰਦੇ ਹੈਗੇ ਉਹ ਪੁਲਿਸ ਨੂੰ ਪੇਸ਼ਕੀ ਵੀ ਚਾੜਦੇ ਆ ਤੇ ਜਗਦੀਪ ਵੱਲ ਇਸ਼ਾਰਾ ਕਰਦੇ ਹੈਗੇ ਉਹ ਵੀ ਇਸ ਬੰਦੇ ਦਾ ਨਾਂ ਫਿੱਟ ਕਰੋ ਵੀ ਜਿਹੜਾ ਕਤਲ ਆ ਉਹ ਲਾਰੈਂਸ ਬਿਸ਼ਨੋਈ ਦੇ ਗਰੁੱਪ ਵੱਲੋਂ ਕੀਤਾ ਗਿਆ ਹੈਗਾ ਜ਼ਿੰਮੇਵਾਰੀ ਲਈ ਗਈ ਸੀ ਵੀ ਜਿਹੜਾ ਜਗਦੀਪ ਹੈਗਾ ਇਹ ਲਾਰੈਂਸ ਬਿਸ਼ਨੋਈ ਦਾ ਹੀ ਬੰਦਾ ਹੈਗਾ ਹਾਂ ਇੱਕ ਸਮੇਂ ਤੁਸੀਂ ਜਗਦੀਪ ਧਾਲੀਵਾਲ ਦਾ ਖਾਤਾ ਦੇਖੋਗੇ ਵੀ ਲਾਰੈਂਸ ਨਾਲ ਮੈਂ ਥੰਬਨੇਲ ਵੀ ਲਾਇਆ ਮਾਨੂ ਕੁੱਸੇ ਨਾਲ ਗੋਲਡੀ ਬਰਾੜ ਨਾਲ ਗੁਰਲਾਲ ਬਰਾੜ ਨਾਲ ਜੱਗਾ ਨਾਂ ਦਾ ਸ਼ਖਸ ਹਮਲੇ ਦਾ ਮਸਤ ਮਾਈਂਡ ਐਸ ਐਸ ਪੀ ਦਾ ਕਹਿਣਾ ਵਿਦੇਸ਼ ਦੇ ਵਿੱਚ ਬੈਠੇ ਜੱਗਾ ਨੇ ਹਮਲਾ ਕਰਵਾਇਆ ਐਸ ਐਸ ਪੀ ਨੇ ਕਿਹਾ ਉਹਨਾਂ ਦਾ ਪਹਿਲਾ ਬਿਆਨ ਹੈ ਸਰਪੰਚੀ ਚੋਣਾਂ ਕਰਕੇ ਹਮਲਾ ਕੀਤਾ ਗਿਆ ਹੈ ਤਾਂ ਕਬੱਡੀ ਖਿਡਾਰੀ ਤੇ ਫਾਇਰਿੰਗ ਹੋਈ ਹੈ ਵਿਦੇਸ਼ ਦੇ ਵਿੱਚ ਮਾਸਟਰ ਮਾਈਂਡ ਹੈ ਮੂਲ ਰੂਪ ਦੇ ਵਿੱਚ ਪਿੰਡ ਧੂਲਕੋਟ ਦਾ ਹੀ ਰਹਿਣ ਵਾਲਾ ਹੈ ਮਾਸਟਰ ਮਾਈਂਡ ਯਾਨੀ ਕਿ ਪਿੰਡ ਧੂਲਕੋਟ ਦਾ ਹੀ ਹੈ ਕਬੱਡੀ ਖਿਡਾਰੀ ਤੇ ਦੱਸੇ ਕਿ ਫਾਇਰਿੰਗ ਹੋਈ ਖਾਸ ਤੌਰ ਤੇ ਉਸਦੇ ਘਰ ਪਹੁੰਚੇ ਹਮਲਾਵਰ ਉਹਨਾਂ ਨੇ ਆਵਾਜ਼ ਦੇ ਕੇ ਬੁਲਾਇਆ ਔਰ ਫਿਰ ਗੋਲੀ ਚਲਾ ਦਿੱਤੀ ਗੋਲੀਆਂ ਚਲਾ ਦਿੱਤੀਆਂ ਤਾਂ ਜਿਸ ਤੋਂ ਬਾਅਦ ਐਸ ਐਸ ਪੀ ਦਾ ਬਿਆਨ ਆਇਆ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਯੂਟਿਊਬ ਚੈਨਲ ਤੇ ਫੇਸਬੁੱਕ ਪੇਜ ਤੇਜਪ੍ਰੀਤ ਟਾਕ ਤੇ ਅੱਜ ਤੁਹਾਨੂੰ ਕਹਾਣੀ ਸੁਣਾ ਰਿਹਾ ਮੈਂ ਜਗਦੀਪ ਸਿੰਘ ਉਰਫ ਜੱਗੇ ਧੂਰਕੋਟ ਦੀ ਬੜੀ ਦਿਲਚਸਪ ਕਹਾਣੀ ਆ ਇਹਦੇ ਵਿੱਚ ਜੋ ਜੋ ਜੱਗੇ ਨੇ ਕ੍ਰਾਈਮ ਦੀ ਦੁਨੀਆ ਦੇ ਵਿੱਚ ਕੀਤਾ ਗਾ ਜੋ ਜੋ ਜੱਗੇ ਨਾਲ ਵੀ ਧੱਕਾ ਹੋਇਆ ਉਹ ਗੱਲਾਂ ਵੀ ਮੈਂ ਤੁਹਾਨੂੰ ਦੱਸੂੰਗਾ ਤੇ ਕਿਵੇਂ ਆਪਣੇ ਕਾਨੂੰਨ ਦੇ ਕੁਛ ਮੁਲਾਜ਼ਮਾਂ ਨੇ ਆਪਣੇ ਮੁੰਡਿਆਂ ਦੇ ਵਾਪਸੀ ਦੇ ਰਾਹ ਬੰਦ ਕੀਤੇ ਆ ਸੁਣਿਓ ਕਹਾਣੀ ਤੇ ਦੂਜੀ ਧਿਰ ਜੇ ਕੋਈ ਪੱਖ ਰੱਖਣਾ ਚਾਹੁੰਦੀ ਆ ਫੇਸਬੁੱਕ ਯੂਟਿਊਬ ਇੰਸਟਾਗ੍ਰਾਮ ਟਿਕਟੋਕ ਤੇ ਸਾਰੇ ਖਾਤਿਆਂ ਦੇ ਨਾਮ ਤੇਜਪ੍ਰੀਤ ਟਾਕ ਸੇਮ ਨਾਮ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਆ ਕਹਾਣੀ ਅਸੀਂ ਇਕੱਠੀ ਕੀਤੀ ਆ ਵੱਖ ਵੱਖ ਅਦਾਰਿਆਂ ਤੋਂ ਜਗਦੀਪ ਉਰਫ ਜੱਗੇ ਧੂਰਕੋਟ ਦੇ ਸਾਕ ਸੰਬੰਧੀਆਂ ਤੋਂ ਪੂਰੀ ਸੁਣਿਓ ਕਹਾਣੀ ਤੁਸੀਂ ਵੀ ਕਿੱਦਾਂ ਬੰਦੇ ਤੇ ਜਦੋਂ ਇੱਕ ਵਾਰ ਗੈਂਗਸਟਰ ਦਾ ਠੱਪਾ ਲੱਗ ਜਾਂਦਾ ਗਾ ਫਿਰ ਉਹ ਚਾਹੇ ਕਿੰਨਾ ਵੀ ਸਾਫ਼ ਸੁਥਰਾ ਬਣ ਜੇ ਇਹ ਰਾਹ ਨੂੰ ਛੱਡ ਕੇ ਕੋਈ ਹੋਰ ਖੇਤਰ ਦੇ ਵਿੱਚ ਆਵੇ ਪਰ ਇਹ ਪੁਲਿਸ ਤੇ ਵਿਰੋਧੀ ਧੜੇ ਉਸ ਬੰਦੇ ਦਾ ਖਹਿੜਾ ਨਹੀਂ ਛੱਡਦੇ ਨਾਮ ਜਗਦੀਪ ਧਾਲੀਵਾਲ ਪਿੰਡ ਧੂਰਕੋਟ ਰਣਸੀ ਕਲਾਂ ਦਾ ਏਰੀਆ ਅੱਜ ਦੇ ਟਾਈਮ ਜਗਦੀਪ ਧਾਲੀਵਾਲ ਉਰਫ ਜੱਗਾ ਧੂਰਕੋਟ ਪੰਜਾਬ ਅਤੇ ਹੋਰ ਸਟੇਟਾਂ ਦੀ ਪੁਲਿਸ ਨੂੰ ਲੋੜੀਦਾ ਗਾ ਤੇ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦਾ ਬੜਾ ਖਾਸਮ ਖਾਸ ਆ ਤੇ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦਾ ਖਾਸਮ ਖਾਸ ਬਣਿਆ ਕਿੱਦਾਂ ਕਾਨਵੈਂਟ ਸਕੂਲ ਚ ਪੜ੍ਹਨ ਵਾਲਾ ਮੁੰਡਾ ਕਿਉਂ ਤੁਰਿਆ ਜੁਰਮ ਦੀ ਰਾਹ ਤੇ ਕਈ ਸਵਾਲ ਵੀ ਨੇ ਉਹਦੇ ਜਵਾਬ ਵੀ ਇਸੇ ਕਹਾਣੀ ਚ ਮਿਲਣਗੇ ਤੁਹਾਨੂੰ ਚਾਹੇ ਉਹਦੇ ਦਿਮਾਗ ਦਾ ਕੀੜਾ ਲਾ ਲਓ ਤੁਸੀਂ ਚਾਹੇ ਉਹਦੇ ਨਾਲ ਹੋਏ ਧੱਕੇ ਛੋਟੀ ਉਮਰੇ ਉਵੇਂ ਹੀ ਜਗਦੀਪ ਦੀ ਕਹਾਣੀ ਹੈ ਜਗਦੀਪ ਨਿਹਾਲ ਸਿੰਘ ਵਾਲੇ ਪੜ੍ਹਦਾ ਹੁੰਦਾ ਸੀ ਬੜਾ ਇਨੋਸੈਂਟ ਜਿਹਾ ਮੁੰਡਾ ਸੀ ਜੋ ਲੋਕਾਂ ਨਾਲ ਅਸੀਂ ਸੰਪਰਕ ਕਰਿਆ ਉਹ ਲੋਕਾਂ ਨੇ ਜਗਦੀਪ ਬਾਰੇ ਸਾਨੂੰ ਦੱਸਿਆ ਜਗਦੀਪ ਦੀ ਦਾਦੀ ਪਿੰਡ ਦੀ ਮੈਂਬਰ ਸੀਗੀ ਜਿਵੇਂ ਵੱਖ ਵੱਖ ਪਿੰਡਾਂ ਦੇ ਵਿੱਚ ਵੋਟਾਂ ਹੁੰਦੀਆਂ ਨੇਗੀਆਂ ਉਸ ਤੋਂ ਬਾਅਦ ਜਗਦੀਪ ਦੀ ਦਾਦੀ ਸਰਪੰਚ ਦੀ ਇਲੈਕਸ਼ਨ ਲੜਦੀ ਆ ਇਹ ਗੱਲ ਪੁਰਾਣੀ ਹੈਗੀ ਉਦੋਂ ਅਕਾਲੀ ਦਲ ਬਾਦਲ ਦੀ ਸਰਕਾਰ ਸੀ ਜਗਦੀਪ ਦੀ ਦਾਦੀ ਵੀ ਅਕਾਲੀ ਦਲ ਦੀ ਸਮਰਥਕ ਸੀ ਤੇ ਜਿਹੜੇ ਵਿਰੋਧੀ ਧਿਰ ਸਰਪੰਚ ਚ ਖੜੀ ਸੀਗੀ ਉਹ ਵੀ ਅਕਾਲੀ ਦਲ ਸੀ ਤੇ ਜਗਦੀਪ ਦੀ ਦਾਦੀ ਆਜ਼ਾਦ ਖੜੀ ਹੋਈ ਸੀ ਸਰਪੰਚ ਦੀ ਇਲੈਕਸ਼ਨ ਚ ਜਥੇਦਾਰ ਤੋਤਾ ਸਿੰਘ ਦੀ ਸਪੋਰਟ ਤੇ ਦੂਸਰੀ ਪਾਰਟੀ ਵਾਲੇ ਸੀਗੇ ਮਲੂਕੇ ਦੇ ਸਪੋਰਟਰ ਸਰਪੰਚ ਦੀਆਂ ਵੋਟਾਂ ਪੈਂਦੀਆਂ ਨੇ ਤੇ ਗਿਣਤੀ ਹੁੰਦੀ ਹੈ ਸ਼ਾਮ ਨੂੰ 150 ਵੋਟਾਂ ਤੇ ਜਗਦੀਪ ਧਾਲੀਵਾਲ ਦੀ ਦਾਦੀ ਜਿੱਤ ਜਾਂਦੀ ਆ ਦੂਜੀ ਪਾਰਟੀ ਮੌਕੇ ਤੇ ਸਿਕੰਦਰ ਸਿੰਘ ਮਲੂਕੇ ਨੂੰ ਬੁਲਾਉਂਦੀ ਆ ਜੋ ਕਿ ਬੜਾ ਧਾਕੜਾ ਕਈ ਇੰਟਰਵਿਊ ਚ ਤੁਸੀਂ ਮਲੂਕੇ ਬਾਰੇ ਲੱਖੇ ਸਿਧਾਣੇ ਦੇ ਮੂੰਹੋਂ ਗੱਲਾਂ ਸੁਣੀਆਂ ਹੋਣਗੀਆਂ ਅਕਾਲੀ ਦਲ ਦੀ ਸਰਕਾਰ ਸੀ ਮਲੂਕਾ 70 ਫੋਰਸ ਦੇ ਬੰਦੇ ਨਾਲ ਲੈ ਕੇ ਆਉਂਦਾ ਗਾ ਤੇ ਗਿਣਤੀ ਦੁਬਾਰੇ ਕਰਵਾਉਂਦਾ ਵੋਟਾਂ ਦੀ ਜਦੋਂ ਦੁਬਾਰੇ ਗਿਣਤੀ ਹੁੰਦੀ ਹੈ ਵੋਟਾਂ ਦੀ ਜਗਦੀਪ ਦੀ ਦਾਦੀ 33 ਵੋਟਾਂ ਦੇ ਫਿਰ ਅੱਗੇ ਹੁੰਦੀ ਹੈ ਦੂਜੀ ਵਾਰੀ ਗਿਣਤੀ ਚ ਪਰ ਮੌਜੂਦਾ ਸਰਕਾਰ ਸੀ ਮਲੂਕੇ ਦੇ ਜ਼ੋਰ ਅੱਗੇ ਸਭ ਫੇਲ ਹੋ ਗਿਆ ਤੀਜੀ ਵਾਰ ਫਿਰ ਗਿਣਤੀ ਹੁੰਦੀ ਹੈ 11 ਵੋਟਾਂ ਤੇ ਜਗਦੀਪ ਦੀ ਦਾਦੀ ਹਰਾ ਦਿੱਤੀ ਜਾਂਦੀ ਆ ਉਸ ਤੋਂ ਅਗਲੇ ਦਿਨ ਜਗਦੀਪ ਪਿੰਡ ਦੇ ਵਿੱਚ ਹੁੰਦਾ ਗਾ ਜਾਂਦਾ ਜਿਵੇਂ ਆਪਣੇ ਸਰਪੰਚੀ ਦੀ ਇਲੈਕਸ਼ਨ ਵੇਲੇ ਘਰਾਂ 'ਚ ਟੈਂਟ ਟੁੱਟ ਲੱਗੇ ਹੁੰਦੇ ਆ ਸਾਰਾ ਕੁਛ ਹੁੰਦਾ ਗਾ ਤੇ ਅਗਲੇ ਦਿਨ ਜਗਦੀਪ ਪਿੰਡ 'ਚ ਤੁਰਿਆ ਜਾਂਦਾ ਗਾ ਦੂਜੀ ਪਾਰਟੀ ਵਾਲੇ ਜਿਹੜੇ ਜਿੱਤੇ ਹੁੰਦੇ ਆਗੇ ਜਿਨ੍ਹਾਂ ਨੇ ਮਲੂਕਾ ਬੁਲਾਇਆ ਹੁੰਦਾ ਉਹ ਜਗਦੀਪ ਨੂੰ ਘੇਰ ਕੇ ਗਾਲਾਂ ਕੱਢਦੇ ਆਗੇ ਜਗਦੀਪ ਦੇ ਸਾਥੀਆਂ ਨੂੰ ਵੀ ਰਾਤ ਨੂੰ ਲੜਾਈ ਹੁੰਦੀ ਆ ਗੋਲੀ ਚੱਲ ਜਾਂਦੀ ਆ ਗੋਲੀ ਚਲਾਈ ਕਿਸੇ ਹੋਰ ਨੇ ਹੁੰਦੀ ਆ ਪਰ ਪਰਚਾ ਜਗਦੀਪ ਤੇ ਜਗਦੀਪ ਦੀ ਪੂਰੀ ਫੈਮਿਲੀ ਤੇ ਹੋ ਜਾਂਦਾ ਗਾ ਜਿਸ ਦਿਨ ਇਹ ਪਰਚਾ ਹੁੰਦਾ 307 ਦਾ ਉਸ ਦਿਨ ਜਗਦੀਪ ਆਪਣੇ ਸਕੂਲ ਚ ਹੁੰਦਾ ਗਾ ਜਗਦੀਪ ਦੀ ਦਾਦੀ ਵੱਲੋਂ
एक रिट पाउण दी मंग भी करी जांदी है वी असीं गिणती दुबारे करावांगे, पर जदों समझौता हुंदा इहनां दा 307 वाले परचे दा उदों इह गल कह दित्ती जांदी है वी तुसीं कोई रिट ना पाओ, विच बंदे पै के समझौता करा दिंदे आ वी 2.5 साल सरपंच हुण असीं करांगे, 2.5 साल तुहानूं छड्ड दांगे। पर उह 2.5 सालां च वी जगदीप के नाल धक्का हो जांदा गा। जगदीप दे कुछ रिश्तेदार इदां दे हुंदे आ जिन्हां दा सर्कल उह टाइम वधिया हुंदा गा, पर उह वी कुछ नहीं करदे इह दिनां दे विच। ਤੇ ਜਗਦੀਪ ਦੇ ਦਿਮਾਗ ਦੇ ਵਿੱਚ ਇੱਕ ਕੀੜਾ ਹੁੰਦਾ, ਜਿਵੇਂ ਹਰ ਵੀਡੀਓ ਦੇ ਵਿੱਚ ਇੱਕ ਗੱਲ ਦੱਸਦਾ ਗਾ ਵੀ ਜਦੋਂ 18-19 ਸਾਲ ਦਾ ਬੰਦਾ ਹੁੰਦਾ ਗਾ ਇੱਕ ਕੋਰੇ ਕਾਗਜ਼ ਦੀ ਤਰ੍ਹਾਂ ਹੁੰਦਾ, ਉਹ ਜਿੱਧਰ ਨੂੰ ਉਹਦੇ ਤੇ ਲਕੀਰ ਵੱਜ ਗਈ ਤਾਂ ਵੱਜ ਗਈ। ਜਗਦੀਪ ਦੇ ਦਿਮਾਗ 'ਚ ਕੀੜਾ ਹੁੰਦਾ ਗਾ ਵੀ ਆਪਾਂ ਕੁਛ ਕਰਨਾ ਹੈਗਾ, ਸਰਪੰਚ ਹੀ ਲੈਣੀ ਆ, ਆਪਦਾ ਨਾਮ ਵੀ ਬਣਾਉਣਾ ਗਾ, ਵੀ ਆਪਾਂ ਨੂੰ ਤਾਂ ਕੋਈ ਗੋਲਦਾ ਹੀ ਨਹੀਂ ਗਾ, ਕੁਛ ਮਹੀਨੇ ਹੀ ਲੰਘਦੇ ਆ। ਇੱਕ ਵਿਆਹ ਹੁੰਦਾ, ਇੱਕ ਵਿਆਹ ਦੇ ਵਿੱਚ ਲੋਰੈਂਸ ਬਿਸ਼ਨੋਈ ਨਾਲ ਜਗਦੀਪ ਦੀ ਮੁਲਾਕਾਤ ਹੋ ਜਾਂਦੀ ਆ। ਲੋਰੈਂਸ ਬਿਸ਼ਨੋਈ ਉਹਨਾਂ ਟਾਈਮਾਂ 'ਚ ਸ਼ਾਇਦ ਭਗੌੜਾ ਸੀਗਾ ਜੇ ਮੈਂ ਨਾ ਗਲਤ ਹੋਵਾਂ, ਉਹ ਵਿਆਹ ਦੇ ਵਿੱਚ ਗੁਰਲਾਲ ਬਰਾੜ, ਗੋਲਡੀ ਬਰਾੜ, ਲੋਰੈਂਸ ਸਾਰੇ ਇਹਨੂੰ ਮਿਲਦੇ ਹੈਗੇ। ਤੇ 2012 ਤੋਂ 2014 ਤੱਕ ਲੋਰੈਂਸ ਬਿਸ਼ਨੋਈ ਦੇ ਜਗਦੀਪ ਕਾਫੀ ਕਰੀਬ ਆ ਜਾਂਦਾ ਹੈਗਾ। ਗੁਰਲਾਲ ਬਰਾੜ, ਗੋਲਡੀ ਬਰਾੜ, ਚਾਂਦੀ ਮੁਕਸਰ, ਵਿੱਕੀ ਸਰਪੰਚ ਧੂਹੇ ਤੋਂ, ਇਹ ਸਾਰੇ ਸਰਕਲ ਨਾਲ ਜਗਦੀਪ ਵਰਤਣ ਲੱਗ ਜਾਂਦਾ ਗਾ। ਤੇ ਕ੍ਰਾਈਮ ਦੀ ਦੁਨੀਆਂ ਦੇ ਵਿੱਚ ਪਹਿਲਾ ਕੰਮ ਜਗਦੀਪ 2014 ਦੇ ਵਿੱਚ ਕਰਦਾ ਗਾ, ਮੁਕਸਰ ਗੋਲੀ ਚਲਾਉਂਦਾ ਹੁੰਦਾ ਗਾ। ਉਦੋਂ ਜਗਦੀਪ ਸੋਨੂ ਰੁੜਕਾ, ਭਲਵਾਨ ਫਗਵਾੜਾ, ਸੁੱਖ ਸਹੂਤਾ, ਵਿੱਕੀ ਧੂਹਾ, ਇਹ ਸਾਰੇ ਗੋਲੀ ਚਲਾਉਂਦੇ ਆਗੇ, ਜਿਨ੍ਹਾਂ ਦੇ ਵਿੱਚੋਂ ਜਗਦੀਪ ਨਿਕਲ ਜਾਂਦਾ, ਕੁਛ ਫੜੇ ਜਾਂਦੇ ਆਗੇ। 2014 ਤੋਂ 2017 ਤੱਕ ਜਗਦੀਪ ਭਗੌੜਾ ਰਹਿੰਦਾ ਗਾ। ਤੁਸੀਂ ਦੇਖੋ ਕੋਨਵੈਂਟ ਸਕੂਲ 'ਚ ਪੜ੍ਹਦਾ ਇੱਕ ਇਨੋਸੈਂਟ ਮੁੰਡਾ, ਇੱਕ ਉਹਦੇ ਦਿਮਾਗ 'ਤੇ ਇੱਕ ਇੱਦਾਂ ਦੀ ਗੱਲ ਬੜੀ ਵੀ ਮਾੜੇ ਬੰਦੇ ਦਾ ਕੁਛ ਨਹੀਂ, ਅਤੇ ਉਹ ਕਿਹੜੇ ਰਾਹਾਂ 'ਤੇ ਚੱਲ ਪਿਆ। 2014 ਤੋਂ 2017 ਤੱਕ ਜਦੋਂ ਜਗਦੀਪ ਭਗੌੜਾ ਹੁੰਦਾ, ਘਰ ਬਾਰ ਛੱਡ ਦਿੰਦਾ, ਪਟਿਆਲੇ ਡਕੈਤੀ 'ਚ ਵੀ ਨਾਮ ਆਉਂਦਾ, ਇੱਕ ਦੋ ਡਕੈਤੀਆਂ ਹੁੰਦੀਆਂ ਨੇਗੀਆਂ, ਇੱਕ ਪੁਲਿਸ ਦੇ ਮੁਲਾਜ਼ਮ ਦੀ ਗੱਡੀ ਖੋਹ ਲੈਂਦੇ ਆਗੇ, ਇੱਧਰ ਉੱਧਰ ਦੀਆਂ ਵਾਰਦਾਤਾਂ ਤੋਂ ਬਾਅਦ ਇਹ ਅੰਬਾਲੇ ਚਲੇ ਜਾਂਦੇ ਆ, ਟੀਨੂ ਹਰਿਆਣੇ ਅਤੇ ਕਾਲੇ ਰਾਣੇ ਨੂੰ ਇਹਨਾਂ ਨੇ ਪੇਸ਼ੀ ਤੋਂ ਭਜਾਉਣਾ ਹੁੰਦਾ ਗਾ। ਉਦੋਂ ਗੈਂਗ ਰਿਪੈਲਰੀ ਨਹੀਂ ਸੀ ਚੱਲੀ ਇਹ ਦਿਨਾਂ 'ਚ। ਸੰਪਤ ਨਹਿਰਾ, ਦੀਪੂ ਬਨੂੜ, ਨਰੇਸ਼ ਬਿਸ਼ਨੋਈ ਜੀ ਨੇ ਰਿੰਦੇ ਨਾਲ ਮਿੰਦੀ ਗਾਂਧੀ ਮਾਰਿਆ ਸੀ, ਅਤੇ ਜੱਗਾ ਧੂਰਕੋਟ, ਇੱਕ ਖਹਿਰਾ ਰਾਓ ਕੇ ਵਿੱਕੀ ਧੂਰਕੋਟ, ਅਤੇ ਇੱਕ ਜੇ ਮੈਂ ਨਾ ਗਲਤ ਹੋਵਾਂ ਜਗਦੀਪ ਦੇ ਪਿੰਡੋਂ ਹੀ ਦੋਸਤ ਸੀਗਾ ਮੰਤਰੀ ਧੂਰਕੋਟ, ਜਗਦੀਪ ਨਾਲ ਉਹਨੇ ਜੇਲ੍ਹ ਵੀ ਕੱਟੀ ਆ ਕਾਫੀ ਲੰਬਾ ਸਮਾਂ। ਅਤੇ ਵਾਪਸੀ 'ਤੇ ਜਦੋਂ ਇਹ ਆਉਂਦੇ ਆਗੇ ਸ਼ੰਭੂ ਬਾਰਡਰ ਦੇ ਪੁਲਿਸ ਨਾਲ ਇਹਨਾਂ ਦਾ ਮੁਕਾਬਲਾ ਹੋ ਜਾਂਦਾ ਗਾ, ਗੋਲੀ ਚੱਲਦੀ ਹੈ, ਕਈ ਭੱਜ ਜਾਂਦੇ ਆ, ਅਤੇ ਜਗਦੀਪ 2017 ਦੇ ਵਿੱਚ ਅਰੈਸਟ ਹੋ ਜਾਂਦਾ। ਫਿਰ ਜੇਲ੍ਹਾਂ, ਘਰ ਦੀ ਬਰਬਾਦੀ, ਟੋਰਚਰ, ਇਹ ਸਫ਼ਰ ਸ਼ੁਰੂ ਹੋ ਜਾਂਦਾ ਗਾ। ਪਰ ਜਗਦੀਪ ਜੇਲ੍ਹ ਦੇ ਵਿੱਚ 2017, 2018, 2019, 2020, 2021 ਦੇ ਲਾਸਟ ਵਿੱਚ ਆਉਂਦਾ, ਜਾਣੀ ਕਿ 5 ਸਾਲ ਬਾਅਦ ਘਰੇ ਆਉਂਦਾ ਗਾ। ਪਰ ਜੇਲ੍ਹ 'ਚ ਬੈਠੇ ਨੇ ਵੀ ਜਗਦੀਪ ਨੇ ਇਹ ਗੱਲ ਸਾਨੂੰ ਪਤਾ ਲੱਗੀ ਹੈਗੀ, ਜਿਹੜੇ ਜਗਦੀਪ ਦੇ ਸਾਥ ਸੰਬੰਧੀ ਆ ਵੀ ਜੇਲ੍ਹ 'ਚੋਂ ਬੈਠਾ, ਵੀ ਜਗਦੀਪ ਨੂੰ ਨਾ ਜਾਨਵਰਾਂ ਦਾ ਬੜਾ ਸ਼ੌਂਕ ਹੁੰਦਾ ਸੀ ਛੋਟੇ ਹੁੰਦੇ ਨੂੰ ਵੀ, ਵੀ ਇਹਨਾਂ ਦੇ ਘੋੜਿਆਂ ਦੇ ਖੇਤਰ ਦਾ ਵੀ ਕੰਮ ਸੀ, ਪਰ ਜੇਲ੍ਹ 'ਚ ਬੈਠਣੇ ਜਗਦੀਪ ਨੇ ਉਹ ਕੰਮ ਆਪਣਾ ਵਧਾਇਆ ਗਾ। ਜਗਦੀਪ ਜਦੋਂ ਆਪਣੇ ਘਰ ਆਉਂਦਾ, ਹਰੇਕ ਦੀ ਜ਼ਿੰਦਗੀ ਦੇ ਵਿੱਚ ਟਰਨਿੰਗ ਪੁਆਇੰਟ ਆਉਂਦਾ ਗਾ ਵੀ ਯਾਰ ਜਿਉਂ ਜਿਉਂ ਬੰਦਾ ਮਚਿਓਰ ਹੁੰਦਾ ਵੀ ਕੀ ਲੈਣਾ ਇਹ ਚੀਜ਼ਾਂ ਤੋਂ, ਆਪਾਂ ਬਹੁਤ ਆਪਣੇ 5 ਸਾਲ ਬਰਬਾਦ ਹੋ ਗਏ, ਜੇਲ੍ਹ ਜੇਲ੍ਹ ਹੀ ਹੁੰਦੀ ਹੈ, ਆਜ਼ਾਦੀ ਦੀ ਜ਼ਿੰਦਗੀ ਆਜ਼ਾਦੀ ਹੋਈ ਹੁੰਦੀ ਹੈਗੀ। ਬੜਾ ਸੋਹਣਾ ਇਹ ਕਹਾਣੀ 'ਚੋਂ ਮੈਸੇਜ ਮਿਲੂਗਾ ਤੁਹਾਨੂੰ। ਅਤੇ ਆਪਣੇ ਜਦੋਂ ਘਰ ਆਉਂਦਾ ਜਗਦੀਪ 2021 ਦੇ ਲਾਸਟ 'ਚ ਆ ਕੇ, 2-3 ਮਹੀਨੇ ਜਗਦੀਪ ਘਰੇ ਰਹਿੰਦਾ। ਦੇਖੋ ਕਈ ਮੁਲਾਜ਼ਮਾਂ ਨੇ ਆਪਣੇ ਮੁੰਡਿਆਂ ਦੇ, ਜਿਵੇਂ ਮੈਂ ਦੱਸਦਾ ਗਾ ਵੀ ਵਾਪਸੀ ਦੇ ਰਾਹ ਕਿਵੇਂ ਬੰਦ ਕੀਤੇ ਆ ਅਤੇ ਖੋਹੇ ਆ, ਜਿਵੇਂ ਮੈਂ ਅਕਸਰ ਕਈ ਵੀਡੀਓ 'ਚ ਦੱਸਦਾ ਵੀ ਪੱਤਰਕਾਰ ਕਹਿ ਦਿੰਦੇ ਆ ਕਿ ਉਹਨਾਂ ਗੈਂਗਸਟਰ ਅਨਲੀਗਲ ਤਰੀਕੇ ਨਾਲ ਭਾਰਤ ਛੱਡ ਕੇ ਕੈਨੇਡਾ, ਅਮੈਰੀਕਾ ਜਾ ਵੜਿਆ, ਵੀ ਉਹਨੂੰ ਲੋੜ ਕਿਉਂ ਪਈ। ਜਗਦੀਪ ਘੋੜਿਆਂ ਦੀ ਲਾਈਨ ਵਿੱਚ ਕੰਮ ਕਰਨਾ ਚਾਹੁੰਦਾ ਸੀਗਾ ਜਦੋਂ ਆਪਣੇ ਘਰ ਆਇਆ, ਅਤੇ ਕਈ ਅਦਾਰਿਆਂ ਨੇ ਉਹਦੀ ਇੰਟਰਵਿਊ ਵੀ ਕੀਤੀ, ਜਿਨ੍ਹਾਂ ਦੇ ਵਿੱਚੋਂ ਸੁਖਜਿੰਦਰ ਲੋਪੋ ਵੀ ਉਹਦੀ ਇੰਟਰਵਿਊ ਕਰਕੇ ਆਇਆ, ਅਤੇ ਇੱਕ ਸਰਲੇਖ ਨਾਂ ਦਾ ਅਦਾਰਾ ਹੈਗਾ ਇੰਟਰਵਿਊ ਕਰਕੇ ਆਇਆ, ਮੈਂ ਛੋਟੀਆਂ ਛੋਟੀਆਂ ਵੀਡੀਓ ਵੀ ਮੈਂ ਨਾਲ ਕੱਟ ਕੇ ਲਾਉਣਾ ਗਾ। ਅਤੇ ਜਗਦੀਪ ਕੋਲ 2-3 ਘੋੜੇ ਪੰਜਾਬ ਦੇ ਨਾਮਵਰ ਘੋੜਿਆਂ ਦੇ ਵਿੱਚੋਂ ਸੀਗੇ, ਚੰਗੀ ਨਸਲ ਦੇ ਵਿੱਚ ਜਿਹੜੇ ਆਉਂਦੇ ਆ। ਅਤੇ ਜਗਦੀਪ ਨੇ ਔਨ ਰਿਕਾਰਡ ਇੱਕ ਗੱਲ ਕਹੀ ਸੀ, ਨਾ ਹੁਣ ਕੋਈ ਗਲਤ ਕੰਮ ਕਰਨਾ, ਨਾ ਕੋਈ ਕ੍ਰਾਈਮ ਦਾ ਕੰਮ ਕਰਨਾ, ਨਾ ਮੈਂ ਪੰਜਾਬ ਛੱਡ ਕੇ ਜਾਣਾ, ਮੈਨੂੰ ਜਾਨਵਰਾਂ ਦਾ ਸ਼ੌਂਕ ਆ, ਮੈਂ ਇਹ ਖੇਤਰ ਦੇ ਵਿੱਚ ਨਾਮ ਬਣਾਉਣਾ ਗਾ, ਘੋੜਿਆਂ ਦੇ ਖੇਤਰ ਦੇ ਵਿੱਚ, ਜਾਨਵਰਾਂ ਦੇ ਖੇਤਰ ਦੇ ਵਿੱਚ। ਕਈ ਘੋੜਿਆਂ ਦੇ ਮੇਲਿਆਂ ਦੇ ਵਿੱਚ ਜਗਦੀਪ ਆਪਣੇ ਘੋੜਿਆਂ ਦੀ ਪ੍ਰਦਰਸ਼ਨੀ ਸਮੇਤ ਦੇਖਿਆ ਵੀ ਗਿਆ, ਜਿੱਥੇ ਘੋੜਿਆਂ ਦੇ ਇਨਾਮ ਮਿਲਦੇ ਹੁੰਦੇ ਆ, ਵੀ ਪਹਿਲੇ ਨੰਬਰ 'ਤੇ ਘੋੜਾ ਆਇਆ ਜਾਂ ਦੂਜੇ ਨੰਬਰ 'ਤੇ ਆਇਆ। ਅਚਾਨਕ ਇੱਕ ਇਹੋ ਜਿਹਾ ਬੁਰਾ ਵਕਤ ਆਉਂਦਾ, ਬੁਰਾ ਟਾਈਮ ਆਉਂਦਾ ਗਾ, 3 ਕੁ ਮਹੀਨੇ ਬਾਅਦ ਹੀ ਜਗਦੀਪ ਘਰੇ ਆ ਕੇ ਗੱਡੀ ਲੈਂਦਾ, ਵਧੀਆ ਘੋੜਿਆਂ ਦਾ ਕੰਮ ਕਾਰ ਕਰਦਾ ਗਾ। 2-3 ਮਹੀਨਿਆਂ ਬਾਅਦ
ਉਸੇ ਏਰੀਏ ਦਾ ਇੱਕ ਪਿੰਡ ਆ ਮਾੜੀ ਮੁਸਤਫਾ, ਉੱਥੋਂ ਦਾ ਇੱਕ ਗੈਂਗਸਟਰ ਸੀਗਾ ਪਿੰਟਾ ਮਾੜੀ ਮੁਸਤਫੇ ਵਾਲਾ, ਉਸ ਵਿਅਕਤੀ ਦਾ ਕਤਲ ਹੁੰਦਾ। ਜਦੋਂ ਉਸ ਵਿਅਕਤੀ ਦਾ ਕਤਲ ਹੁੰਦਾ, ਹੁਣ ਜਗਦੀਪ ਜਦੋਂ ਘਰੇ ਆਪਦੇ ਆ ਗਿਆ ਹੁੰਦਾ 5 ਸਾਲ ਜੇਲ੍ਹ ਕੱਟ ਕੇ, ਤਾਂ ਜਗਦੀਪ ਇਹ ਗੱਲ ਵੀ ਕਹਿੰਦਾ ਹੁੰਦਾ ਵੀ ਹੁਣ ਆਪਾਂ ਸਰਪੰਚ ਹੀ ਲੈਣੀ ਆ। ਤਾਂ ਜਿਹੜਾ ਵਿਰੋਧੀ ਧੜੇ ਆ ਆਪਣੇ ਪਿੰਡਾਂ ਦੇ ਵਿੱਚ, ਜਿਹੜੀਆਂ ਪੋਲੀਟਿਕਸ ਸਿਆਸਤਾਂ ਚੱਲਦੀਆਂ ਨੇਗੀਆਂ, ਜਿਹੜੇ ਜਗਦੀਪ ਦੇ ਲਾਗਡਾਟ ਵਾਲੇ ਵੀ ਹੁੰਦੇ ਹੈਗੇ, ਉਹ ਪੁਲਿਸ ਨੂੰ ਪੇਸ਼ਗੀ ਵੀ ਚਾੜਦੇ ਆ ਤੇ ਜਗਦੀਪ ਵੱਲ ਇਸ਼ਾਰਾ ਕਰਦੇ ਹੈਗੇ ਉਹ ਵੀ ਇਸ ਬੰਦੇ ਦਾ ਨਾਂ ਫਿੱਟ ਕਰੋ ਵੀ ਜਿਹੜਾ ਕਤਲ ਆ ਉਹ ਲਾਰੈਂਸ ਬਿਸ਼ਨੋਈ ਦੇ ਗਰੁੱਪ ਵੱਲੋਂ ਕੀਤਾ ਗਿਆ ਗਾ, ਕਿਉਂਕਿ ਪੋਸਟ ਪਾ ਕੇ ਜ਼ਿੰਮੇਵਾਰੀ ਲਈ ਗਈ ਸੀ ਵੀ ਜਿਹੜਾ ਜਗਦੀਪ ਆਗਾ ਇਹ ਲਾਰੈਂਸ ਬਿਸ਼ਨੋਈ ਦਾ ਹੀ ਬੰਦਾ ਗਾ। ਹਾਂ, ਇੱਕ ਸਮੇਂ ਤੁਸੀਂ ਜਗਦੀਪ ਧਾਲੀਵਾਲ ਦਾ ਖਾਤਾ ਦੇਖੋਗੇ ਵੀ ਲਾਰੈਂਸ ਨਾਲ, ਮੈਂ ਥੰਬਨੇਲ ਵੀ ਲਾਇਆ, ਮਨ ਨੂੰ ਗੁੱਸੇ ਨਾਲ, ਗੋਲਡੀ ਬਰਾੜ ਨਾਲ, ਗੁਰਲਾਲ ਬਰਾੜ ਨਾਲ।